ਜਦੋਂ ਪਰਮੇਸ਼ਵਰ ਨੇ ਆਗਿਆਵਾਂ ਵਚਨ ਦੇਣੇ ਸੀ ਮੂਸਾ ਨੂੰ, ਤੇ ਮੂਸਾ ਨੂੰ ਕਿਹਾ ਪਹਾੜ ਦੇ ਉੱਤੇ ਇਕੱਲਾ ਆ ਜਾ, ਤੇਰੇ ਨਾਲ ਕੋਈ ਨਾ ਆਵੇ। ਪਰਮੇਸ਼ਵਰ ਦਾ ਵਚਨ ਲੈਣ ਦੇ ਲਈ ਮੂਸਾ ਨੂੰ ਅਲਗਤਾਈ ਦੇ ਵਿੱਚ ਜਾਣਾ ਪਿਆ। ਅਗਰ ਤੁਸੀਂ ਅੱਜ ਅਲਗਤਾਈ ਦੇ ਨਾਲ ਇੱਕ ਸਮਾਂ ਨਹੀਂ ਖੁਦਾ ਦੇ ਨਾਲ ਗੁਜ਼ਾਰੋਗੇ, ਖੁਦਾ ਦੇ ਵਚਨ ਨੂੰ ਪੜ੍ਹੋਗੇ ਨਹੀਂ, ਮੈਡੀਟੇਟ ਨਹੀਂ ਕਰੋਗੇ, ਤੁਸੀਂ ਖੁਦਾ ਦੇ ਭੇਤਾਂ ਨੂੰ ਉਹਦੀ ਮਰਜ਼ੀ ਨੂੰ ਜਾਣ ਨਹੀਂ ਪਾਓਗੇ। ਅੱਜ ਅਗਰ ਤੁਸੀਂ ਆਏ ਆ, ਆਪਣਾ ਸਮਾਂ ਕੱਢ ਕੇ ਆਏ ਆ, ਆਪਣੇ ਘਰ ਤੋਂ ਅਲੱਗ ਹੋ ਕੇ, ਆਪਣੇ ਫੈਮਿਲੀ ਤੋਂ ਅਲੱਗ ਹੋ ਕੇ, ਆਪਣੇ ਕੰਮਾਂ ਤੋਂ ਅਲੱਗ ਹੋ ਕੇ ਅੱਜ ਖੁਦਾ ਦੇ ਘਰ ਦੇ ਵਿੱਚ ਆਏ, ਅਗਰ ਤੁਸੀਂ ਖੁਦਾ ਦੇ ਲਈ ਸਮਾਂ ਕੱਢੋਗੇ, ਉਹ ਤੁਹਾਡਾ ਗੱਲ ਕਰੇਗਾ, ਆਪਣੇ ਰੈਵਲੇਸ਼ਨ ਦੇਵੇਗਾ ਤੁਹਾਨੂੰ, ਉਹ ਆਪਣੀ ਮਰਜ਼ੀ ਤੁਹਾਡੇ 'ਤੇ ਜ਼ਾਹਰ ਕਰੇਗਾ। ਕਦੋਂ? ਜਦੋਂ ਅਸੀਂ ਮੂਸਾ ਦੀ ਤਰ੍ਹਾਂ ਅਲੱਗ ਹੋਣ ਦੇ ਲਈ ਤਿਆਰ ਹੋਵਾਂਗੇ। ਅੱਜ ਇਨਸਾਨ ਖੁਦਾ ਦੀ ਕਿਉਂ ਨਹੀਂ ਸੁਣ ਪਾਉਂਦਾ? ਕਿਉਂਕਿ ਇਨਸਾਨ ਦੇ ਕੋਲ ਸਮਾਂ ਨਹੀਂ ਆ ਖੁਦਾ ਦੇ ਲਈ। ਅੱਜ ਇਨਸਾਨ 24 ਘੰਟੇ ਬਿਜ਼ਨਸ ਦੇ ਵਿੱਚ ਆ, 24 ਘੰਟੇ ਆਪਣੇ ਕੰਮਾਂ ਕਾਜ਼ਾਂ ਦੇ ਵਿੱਚ, ਖੁਦਾ ਦੇ ਲਈ ਕੋਈ ਸਮਾਂ ਨਹੀਂ ਆ। ਇਸ ਕਰਕੇ ਲਾਈਫ ਵਿੱਚ ਕਨਫਿਊਜ਼ ਇਨਸਾਨ ਰਹਿੰਦਾ ਹੈ।